ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹਿਜ ਨੇ ਸਾਨੂੰ ਫਤਿਹ ਦਿੱਤੀ ਅਤੇ ਅੱਜ ਉਸੇ ਸੰਦਰਭ ਵਿੱਚ ਆਪਾਂ ਉਸੇ ਸਹਿਜ ਦੀ ਦਿੱਤੀ ਫਤਿਹ ਦਾ ਆਨੰਦ ਮਾਣ ਰਹੇ ਹਾਂ ਅਤੇ ਉਹਦੇ ਤੋਂ ਪ੍ਰੇਰਿਤ ਵੀ ਹੋ ਰਹੇ ਨਾਲ ਦੀ ਨਾਲ ਕਿ ਆਪਾਂ ਆਪਣੀ ਜ਼ਿੰਦਗੀ ਦੀ ਜੰਗ ਵੀ ਫਤਿਹ ਕਰਨੀ ਹੈ। ਜਦੋਂ ਅੰਦਰ ਡੋਲਿਆ ਨਹੀਂ, ਗੁਰੂ ਨਾਨਕ ਸਾਹਿਬ ਨੇ ਅੰਦਰੋਂ ਤ੍ਰਭਕੀ ਹੋਈ ਆਤਮਾ ਨੂੰ ਸਹਿਜ ਦਿੱਤਾ ਅਤੇ ਜਦੋਂ ਉਹ ਡੋਲੀ ਨਹੀਂ ਜੰਗ ਦੇ ਮੈਦਾਨ ਦੇ ਵਿੱਚ
ਅਤੇ ਫਤਿਹ ਤਾਂ ਫਿਰ ਸੁਭਾਵਿਕ ਹੀ ਹੈ। ਗੁਰੂ ਸਾਨੂੰ ਸਮਝਾਉਂਦਾ ਗਲਤ ਸਮੇਂ 'ਚ ਠੀਕ ਫੈਸਲਾ ਕਿਵੇਂ ਲੈਣਾ। ਗਲਤ ਸਮੇਂ ਵਿੱਚ ਆਪਣੇ ਸੱਚ ਨੂੰ, ਆਪਣੀ ਰਿਐਲਿਟੀ ਨੂੰ ਆਪਣੇ ਹੱਥ ਤੋਂ ਕਿਵੇਂ ਨਿਕਲਣ ਨਹੀਂ ਦੇਣਾ। ਸਰਦਾਰ ਮਨਜੀਤ ਸਿੰਘ ਜੀ ਅਤੇ ਉਹਨਾਂ ਦਾ ਸਾਰਾ ਪ੍ਰਬੰਧ, ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜ਼ਿੰਦਗੀ ਵਿੱਚ ਫਤਿਹ ਦੀ ਮਿਸਾਲ ਉਹ ਹਰੇਕ ਸਾਲ ਥੋੜ੍ਹੀ ਥੋੜ੍ਹੀ ਕਰਕੇ ਬਾਲਦੇ ਰਹਿੰਦੇ ਨੇ ਤਾਂ ਜੋ ਅਸੀਂ ਸਾਰੇ ਪ੍ਰੇਰਿਤ ਹੋ ਸਕੀਏ। ਆਹ ਥੋੜ੍ਹੇ 5-10 ਮਿੰਟ ਲਈ ਆਪਾਂ ਆਪਣੀ ਸੁਰਤ ਨੂੰ ਉਸ ਕਾਰਜ ਵੱਲ ਜੋੜੀਏ ਜਿਹਨੇ ਸਾਨੂੰ ਫਤਿਹ ਦਵਾਈ। ਇਸ ਲਾਲ ਕਿਲੇ 'ਤੇ ਖਾਲਸਾਈ ਪਰਚਮ ਝੂਲਿਆ ਕਿਉਂਕਿ ਉਹ ਸੰਤ ਸਨ ਜਿਨ੍ਹਾਂ ਨੇ ਸਿਪਾਹੀ ਬਣ ਕੇ ਇਸ ਮੁਲਕ ਦੀ, ਇਸ ਕੌਮ ਦੀ ਰਾਖੀ ਕੀਤੀ ਮਰਜੀਵੜੇ ਬਣ ਕੇ। ਕਿਉਂਕਿ ਪਹਿਲਾਂ ਗੁਰੂ ਨਾਨਕ ਨੇ ਇਹਨਾਂ ਸਾਰੇ ਲੋਕਾਂ ਨੂੰ ਸਤਨਾਮ ਦਾ ਮੰਤਰ ਦ੍ਰਿੜਾਇਆ, ਇਹਨਾਂ ਦੇ ਅੰਦਰ ਸਹਿਜ ਪੈਦਾ ਕੀਤਾ। ਆਪਾਂ ਵੀ ਅੱਜ ਸਾਰੇ ਇਸ ਥਾਂ 'ਤੇ ਬੈਠ ਕੇ ਸਾਰੇ ਆਪਣੀ ਆਪਣੀ ਕਸ਼ਮਕਸ਼ ਦੇ ਵਿੱਚ ਇੱਥੇ ਆਏ ਨੇ। ਸਾਡੇ ਸਾਰਿਆਂ ਦੇ ਅੰਦਰ ਇੱਕ ਲੜਾਈ ਲੱਗੀ ਹੋਈ ਹੈ, ਆਓ ਸਹਿਜ ਵੱਲ ਨੂੰ ਤੁਰੀਏ ਤਾਂ ਜੋ ਅੰਦਰ ਦੀ ਲੜਾਈ ਜਿਹੜੀ ਆਪਾਂ ਵੀ ਜਿੱਤ ਪਾਈਏ। ਕਿਉਂਕਿ ਜ਼ਿੰਦਗੀ ਸਾਨੂੰ ਇਸ ਲੜਾਈ ਨੂੰ ਜਿੱਤਣ ਵਾਸਤੇ ਹੀ ਮਿਲੀ ਹੈ। ਕਿਰਪਾ ਕਰਨਾ ਸਾਰਿਆਂ ਨੇ ਇੱਕ ਮਿੱਕ ਹੋ ਕੇ ਆਪਾਂ ਆਪਣੇ ਗੁਰੂ ਦੀ ਗੱਲ, ਆਪਣੇ ਗੁਰੂ ਦੇ ਦੱਸੇ ਹੋਏ ਆਸ਼ੀਰਵਾਦ ਨੂੰ ਆਪਾਂ ਸਾਰਿਆਂ ਨੇ 5-10 ਮਿੰਟ ਲਈ ਚਿੱਤ ਲਾ ਕੇ ਆਪਾਂ ਆਪਣੇ ਅੰਦਰੋਂ ਸਤਿਗੁਰੂ ਜੀ ਦਾ ਸ਼ੁਕਰ ਕਰਦਿਆਂ, ਜਿਨ੍ਹਾਂ ਦੇ ਕਾਰਨ ਸਾਨੂੰ ਫਤਿਹ ਮਿਲੀ ਉਹਨਾਂ ਦਾ ਸ਼ੁਕਰ ਕਰਦਿਆਂ ਆਪਾਂ ਅਰਦਾਸ ਵੀ ਕਰਨੀ ਹੈ ਸਾਨੂੰ ਵੀ ਸਾਡੀ ਜ਼ਿੰਦਗੀ ਦੀ ਫਤਿਹ ਦੇਵੇ।
Satya Naam,
ਜ਼ਿੰਦਗੀ ਦੀ ਫਤਿਹ ਸਹਿਜ ਹੀ ਸਾਨੂੰ ਦੇਗਾ। ਸਾਡੇ ਵਿੱਚ ਬੜੇ ਬੜੇ ਸੂਰਬੀਰ ਜਿਹੜੇ ਅੱਜ ਦੀ ਜੰਗ ਵਿੱਚ ਸਾਡੀ ਮਦਦ ਕਰ ਰਹੇ ਨੇ, ਵੱਡੇ ਵੱਡੇ ਸਾਡੇ ਜਥੇਦਾਰ ਅੱਜ ਵੀ ਸਾਡੀ ਕੌਮ ਦੇ ਵਿੱਚ ਮੌਜੂਦ ਨੇ, ਜਿਹੜੇ ਕੌਮ ਦੀ ਅਗਵਾਈ ਸਹੀ ਤਰੀਕੇ ਨਾਲ ਕਰ ਰਹੇ, ਚਾਹੇ ਉਹ ਐਜੂਕੇਸ਼ਨ ਦਾ ਫੀਲਡ ਹੋਵੇ, ਚਾਹੇ ਉਹ ਖੇਡਾਂ ਦਾ ਫੀਲਡ ਹੋਵੇ, ਕਿਸੇ ਵੀ ਜਗ੍ਹਾ 'ਚ ਉਹ ਆਪਣੇ ਆਪਣੇ ਮੋਰਚਿਆਂ 'ਤੇ ਲੱਗੇ ਹੋਏ ਨੇ। ਪਰ ਜੇ ਗੁਰੂ ਦੇ ਸਿੱਖ ਦਾ ਗੁਰੂ ਦੇ ਚਰਨਾਂ ਨਾਲੋਂ ਉਹ ਨਾਤਾ ਟੁੱਟ ਗਿਆ ਤਾਂ ਸਾਡੇ ਅੰਦਰ ਦਾ ਸਹਿਜ ਵੀ ਟੁੱਟ ਜਾਏਗਾ, ਅਤੇ ਉਹਦੇ ਨਾਲ ਨਾਲ ਸਾਡੇ ਅੰਦਰ ਇਹ ਵਿਚਰਦਾ ਫਤਿਹ ਦਾ ਸੁਪਨਾ ਵੀ, ਜ਼ਿੰਦਗੀਆਂ ਨੂੰ ਫਤਿਹ ਕਰਨਾ ਹੈ। ਅੱਜ ਆਪਾਂ ਇੱਥੋਂ ਇਹ ਇੰਸਪੀਰੇਸ਼ਨ ਲੈ ਕੇ ਜਾਣੀ ਹੈ ਕਿ ਸਾਡੀ ਜ਼ਿੰਦਗੀ ਵਿੱਚ ਵੀ ਗੁਰੂ ਬਾਬਾ ਚੜ੍ਹਦੀ ਕਲਾ ਕਰੇ, ਅਸੀਂ ਵੀ ਆਪਣੀ ਜ਼ਿੰਦਗੀ ਦਾ ਇਹ ਮੁਕਾਮ ਫਤਿਹ ਕਰੀਏ। ਆਪ ਜੀ ਦੀਆਂ ਅਸੀਸਾਂ ਦਾ ਲੱਖ ਲੱਖ ਧੰਨਵਾਦ। ਕਿਰਪਾ ਕਰਨੀ ਇਵੇਂ ਹੀ ਅਸੀਸਾਂ ਬਣਾਈ ਰੱਖਣੀਆਂ, ਪ੍ਰਧਾਨ ਸਾਹਿਬ ਅਤੇ ਉਹਨਾਂ ਦੇ ਸਾਰੇ ਪ੍ਰਬੰਧ ਦਾ ਵੀ ਉਹਨਾਂ ਉਚੇਚੇ ਤੌਰ 'ਤੇ ਕਿਰਪਾ ਕਰਕੇ ਇਹ ਦਰਸ਼ਨ ਪ੍ਰਸੰਨ ਕਰਨ ਦਾ ਮੌਕਾ ਦਿੱਤਾ ਹੈ। ਇਤਨੀ ਸੇਵਾ ਪ੍ਰਵਾਨ ਕਰਦਿਆਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।